ਦਿਲਰੋਜ਼ ਦੇ ਮਦਰ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਅੱਜ ਫੈਸਲੇ ਦੀ ਉਡੀਕ ਦੇ ਵਿੱਚ, ਤੁਸੀਂ ਸਾਰੇ ਖੜੇ ਹੋ, ਕੀ ਕਹਿਣਾ ਚਾਹੋਗੇ? ਕਿਸੇ ਵਜ੍ਹਾ ਕਰਕੇ ਕੋਈ ਡਿਸੀਜਨ ਲੇਟ ਹੋ ਰਿਹਾ ਵਾ ਨਾ, ਕੱਲ ਤੇ ਗਿਆ ਵਾ ਘੁੰਮਣ ਸਾਰ ਹੈਗੇ ਨੇ, ਕਦੇ ਇੰਨਾ ਡੀਪਲੀ ਗਏ ਨਹੀਂ ਹੈਗੇ ਗੇ, ਉਹਨਾਂ ਤੇ ਵਿਸ਼ਵਾਸ ਆ ਤੇ ਕੱਲ ਦੇਖੋ, ਕੱਲ ਤੇ ਗਈ ਆ, ਹੇਅਰਿੰਗ ਕੀ ਹੋਊਗਾ। ਹਾਂਜੀ, ਆਸ ਆ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਤੇ ਹੋਵੇ ਫਾਂਸੀ, ਹੋਵੇ ਸਾਰਿਆਂ ਨੇ ਅਪੀਲ ਕਰੋ। ਲਗਾਤਾਰ ਇਸ ਕੇਸ ਦੀ ਸੁਣਵਾਈ ਦੇ ਲਈ ਆ ਰਹੇ ਹੋ, ਜਿਹੜੇ ਦੋਸ਼ੀ ਨੇ ਨੀਲਮ, ਦੱਸਿਆ ਜਾ ਰਿਹਾ ਕਿ ਉਹ ਤੁਹਾਡੇ ਜਾਣਕਾਰੀ ਸਨ, ਕੀ ਐਕਸਪ੍ਰੈਸ਼ਨ ਹੁੰਦਾ ਜਦੋਂ ਤੁਹਾਡੇ ਨਾਲ ਕਦੇ ਕੋਰਟ ਦੇ ਵਿੱਚੋਂ ਮਿਲਦੇ ਨੇ ਤੁਹਾਨੂੰ? ਮੈਨੂੰ ਨਹੀਂ ਲੱਗਦਾ ਇੱਦਾਂ ਦੇ ਲੋਕਾਂ ਨੂੰ ਦੇਖਣਾ, ਮੈਂ ਕਦੇ ਉਹ ਚੀਜ਼ ਨੂੰ ਬਹੁਤ ਇਗਨੋਰ ਕਰਦੀ ਹਾਂ, ਕਿਉਂਕਿ ਤੁਹਾਨੂੰ ਪਤਾ ਇੱਕ ਮਦਰ ਲਈ, ਪੇਰੈਂਟਸ ਲਈ ਇਹ ਬਹੁਤ ਔਖੀ ਗੱਲ ਹੈ ਨਾ। ਮੈਂ ਉਹਨਾਂ ਨੂੰ ਉਹਨਾਂ ਵੱਲ ਬਿਲਕੁਲ ਕਦੇ ਧਿਆਨ ਨਹੀਂ ਦਿੱਤਾ, ਮੈਂ ਬਸ ਇਹ ਚੀਜ਼ ਆਪਣੇ ਮਾਇੰਡ 'ਚ ਰੱਖ ਕੇ ਚੱਲਦੀ ਹਾਂ, ਮੈਂ ਆਪਣੇ ਬੱਚੇ ਨੂੰ ਇਨਸਾਫ ਦਿਵਾਉਣਾ ਔਰ ਕਾਨੂੰਨ ਦੇ ਅੰਦਰ ਰਹਿ ਕੇ। ਸਾਰੇ ਇਨਸਾਫ ਦੇ ਲਈ ਅਦਾਲਤ ਦੇ ਵਿੱਚ ਆਉਂਦੇ ਹੋ, ਅਦਾਲਤ 'ਤੇ ਵੀ ਤੁਹਾਨੂੰ ਯਕੀਨ ਹੈ, ਕਾਨੂੰਨ 'ਤੇ ਵੀ ਯਕੀਨ ਹੈ, ਕੀ ਲੱਗਦਾ ਕਿ ਜਿਸ ਮੁਜਰਮਾਨ ਨੀਲਮ ਨੇ ਜਿਹੜਾ ਇਹ ਗਲਤ ਕੰਮ ਕੀਤਾ ਉਸਨੂੰ ਸਜ਼ਾ ਤਾਂ ਅਦਾਲਤ ਨੇ ਦੇਣੀ ਦੇਣੀ ਹੈ, ਪਰ ਪਛਤਾਪ ਉਹ ਕਰ ਰਹੀ ਹੈ ਜਾਂ ਨਹੀਂ, ਕੀ ਲੱਗਦਾ ਉਹਦੇ ਹਾਵ ਭਾਵ ਤੋਂ? ਦੇਖੋ ਜੀ, ਜੇ ਉਹ ਇੰਨੀਆਂ ਫੀਲਿੰਗਸ ਵਾਲਾ ਹੁੰਦਾ ਨਾ, ਮੈਂ ਉਹਨੂੰ ਇਨਸਾਨ ਨਹੀਂ ਮੰਨਦੀ, ਜੇ ਉਹ ਇੰਨੀ ਫੀਲਿੰਗ ਲੈਣ ਵਾਲੀ ਹੁੰਦੀ ਤਾਂ ਆਈ ਥਿੰਕ ਉਹ ਇੱਦਾਂ ਦਾ ਕੁਛ ਨਹੀਂ ਕਰਦੀ। ਜੋ ਇਨਸਾਨ ਹੁੰਦਾ ਨਾ, ਉਹਦੇ ਅੰਦਰ ਫੀਲਿੰਗ ਹੁੰਦੀ ਆ, ਔਰ ਜੋ ਇਨਸਾਨ ਹੀ ਨਹੀਂ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਉਹਨੂੰ ਕੋਈ ਪਛਤਾਵਾ ਹੋਊਗਾ।